ਜੀ ਵੈਲਕਮ ਹੋ ਗਿਆ ਦੋਸਤੋ ਪਿਜਨ ਪੈਰਟ ਚੈਨਲ 'ਚ। ਆ ਦੇਖੋ ਜੀ, ਕੱਲ੍ਹ ਜਿਹੜਾ ਰਾਮਪੁਰੀ ਕਬੂਤਰ ਛੱਡਿਆ ਸੀਗਾ ਫਿਰ ਮਾਸ਼ਾਅੱਲਾ ਉੱਡ ਜਾਂਦਾ ਬਹਿਣ ਦਾ, ਉਹ ਤਾਂ ਬੈਠੇ ਬੈਠਾ ਐ ਇੱਕ ਕਿਸੇ ਦਾ ਕਬੂਤਰ ਆ ਕੇ ਬੈਠਾ। ਸ਼ਾਮ ਦਾ ਟਾਈਮ ਆ, ਅਸਰ ਦੀ ਨਮਾਜ਼ ਹੋ ਚੁੱਕੀ ਆ, ਮਗਰਬ ਹੋਣ ਵਾਲੀ ਆ। ਅੱਜ ਮੈਂ ਲੇਟ ਹੋ ਗਿਆ, ਦੇਖੋ ਪਾਣੀ ਵੀ ਭਰਿਆ ਪਿਆ ਵਾ, ਮੈਂ ਕਬੂਤਰ ਨੂੰ ਦਾਣਾ ਵੀ ਨਹੀਂ ਪਾਇਆ ਅਤੇ ਮੈਂ ਉਹ ਕਬੂਤਰ ਫੜ ਕੇ ਲਿਆਵਾਂ। ਚਿੜੀ ਮਾਰੀ ਬੜੀ ਝਸਾਂ ਵਾਲੀ ਆ ਭਾਅ ਜੀ, ਸ਼ੱਕ ਪੈ ਰਿਹਾ ਵਾ ਜੀ। ਔਰ ਕਾਫੀ ਸਾਰੇ ਕਬੂਤਰ ਮੈਂ ਅੱਜ ਹੈ ਨਾ ਪਾਰਕ ਖੋਲ੍ਹ ਦਿੱਤੇ। ਤੁਹਾਨੂੰ ਕਿਹਾ ਸੀ ਅੱਜ ਇਤਵਾਰ ਵਾਲੇ ਦਿਨ ਬੰਨੇ ਆ, ਇਹ ਹਫ਼ਤੇ ਵਾਲੇ ਦਿਨ ਬੰਨੇ, ਇਤਵਾਰ ਵਾਲੇ ਦਿਨ ਖੋਲ੍ਹ ਦੇਣੇ ਆ। ਪਹਿਲੇ ਤਾਂ ਮੈਂ ਕਰਾਂ ਚਿੜੀ ਮਾਰੀ, ਅੱਲਾ ਖੈਰ ਕਰੇ, ਦੁਆ ਕਰਿਓ ਹੋ ਜਾਵੇ ਚਿੜੀ ਮਾਰੀ। ਬੜੇ ਦਿਨਾਂ ਬਾਅਦ ਅੱਜ ਅੱਛੀ ਚਿੜੀ ਮਾਰੀ ਲੱਗਦੀ, ਮਾਦੀ ਆ ਕੋਈ ਚੰਗੀ ਕਿਸੇ ਦੀ ਭੱਜੀ। ਅੱਲਾ ਖੈਰ ਭਾਈ ਜਾਣ, ਕਬੂਤਰੀ ਫੜੀ ਆ ਔਰ ਕਸਮ ਲੈ ਲਓ ਕਬੂਤਰੀ ਇੱਦਾਂ ਵਾ ਜਿੱਦਾਂ ਲੋਹਾ ਹੁੰਦਾ ਵਾ, ਲੋਹਾ ਨਹੀਂ ਹੁੰਦਾ ਥੱਲਿਓਂ ਆਹ ਜਿਹੜਾ ਆਹ ਜਿਸਮ ਇਹਦਾ ਆਹ ਇੱਦਾਂ ਵਾ, ਕਸਮ ਜਿੱਦਾਂ ਲੋਹਾ ਹੁੰਦਾ ਵਾ ਜੀ। ਇੱਦਾਂ ਦੀ ਮਾਦੀ ਆ ਜੀ, ਨਾਗ ਵਰਗੀ ਮਾਦੀ ਆ, ਪੱਠੀ ਆ ਜੀ, ਯੰਗ ਜਿਹੀ। ਔਰ ਜਾਂ ਤਾਂ ਕਿਸੇ ਨੇ ਬੇਵਕੂਫ ਕਿਸੇ ਐਵੀਂ ਬੰਦੇ ਕੋਲ ਆਈ ਆ, ਜਾਂ ਫਿਰ ਗੱਲ ਇਹ ਆ ਵੀ ਕਿਸੇ ਨੇ ਜੋੜਿਆਂ ਲਈ ਰੋਕੀ ਤਾਂ ਆਈ ਆ। ਇਹ ਚੱਕਰ ਉਹਦੇ ਪੱਲੇ ਵੀ ਉੱਡਣ ਦੇ ਕਾਬਲ ਤਾਂ ਗਰੀਬ ਨਹੀਂ ਹੈ ਹੀ ਨਹੀਂ, ਜਾਂ ਇਹਦਾ ਪਰ ਹੱਬਾ ਵਾ ਮੈਨੂੰ ਸ਼ੱਕ ਪੈਂਦੀ। ਕਬੂਤਰੀ ਥੱਲਿਓਂ ਬਹੁਤ ਆਲਾ ਵਾ, ਹੱਡੀ ਜੋੜ, ਪਤਾ ਨਹੀਂ ਕੀ ਗੱਲ ਆ, ਕਿਤੇ ਆਂਡਿਓ ਬੰਦ ਨਾ ਹੋਵੇ ਜਿਹੜੀ ਵੀ ਕਿਸੇ ਨੇ ਭੇਜਤੀ ਆ। ਔਰ ਇਹ ਕਬੂਤਰੀ ਦੀ ਹਾਲਤ ਆ ਜੀ, ਇਹ ਦੇਖੋ ਬਿੱਠਾ ਮਾਰੀਆਂ, ਇਹ ਜਾ ਕਰ ਲਓ ਠੀਕ ਆ ਜੀ ਭਾਅ ਜੀ। ਇਹ ਕੜੀ ਭਾਈ ਪੰਜੇ ਖੁਸ਼ਕ ਹੋਏ ਪਏ ਆ, ਟੈਲੀਫੋਨ ਨੰਬਰ ਵਾਲੀ ਕੜੀ ਆ ਜੀ, ਨੰਬਰ ਵੀ ਪਾਇਆ ਵਾ, ਫੋਨ ਕਰਕੇ ਪੁੱਛ ਵੀ ਲੈਂਦੇ ਹਾਂ ਜਨਾਬ ਕਿਸੇ ਭਰਾ ਦੀ ਕਿੱਦਾਂ ਦੀ ਮਾਦੀ ਆ ਇਹ। ਆਹ ਲਾਲ ਥਿੰਮ ਹੁੰਦੇ ਆ, ਮੈਂ ਛੱਡ ਕੇ ਸ਼ੋਕ ਕਰਾਉਂਦਾ ਕਬੂਤਰਾਂ ਨੂੰ, ਅਸਲੇ 'ਚ ਪਾਉਣਾ ਦਾਣਾ ਕਬੂਤਰ ਵਿਚਾਰੇ ਉਡੀਕਣ 'ਤੇ ਦਾਣੇ ਨੂੰ, ਕਿਉਂਕਿ ਅਜੇ ਲੇਟ ਹੋ ਗਿਆ। ਕਬੂਤਰ ਹਮੇਸ਼ਾ ਸੋਕੜਾ ਉਦੋਂ ਹੁੰਦਾ ਜਦੋਂ ਕਬੂਤਰ ਇੱਦਾਂ ਲੇਟ ਹੁੰਦੇ ਆ। ਅਜਾ ਕਰੋ, ਔਰ ਕਬੂਤਰੀ ਮੇਰਾ ਖਿਆਲ ਆ ਦੇਖੋ ਮੱਤ ਵੱਜੀ ਪਈ ਕਬੂਤਰੀ ਦੀ, ਪੱਲੇ ਹੀ ਕੁਛ ਨਹੀਂ ਕਬੂਤਰੀ ਦੇ। ਇਹ ਅੜਾ ਕੇ ਦੇਖਾਂ ਭਲਾ, ਨਹੀਂ ਭਾਅ ਜੀ ਕਬੂਤਰੀ ਠੀਕ ਆ। ਓਏ ਹੋਏ ਹੋਏ, ਕਬੂਤਰੀ ਭਾਈ ਕਿਸੇ ਦੀ ਵੱਡੀ ਕਬੂਤਰੀ ਔਰ ਚੰਗੀ ਪੱਠੀ ਆ, ਹੈਗੀ ਪੱਠੀ ਆ ਯੰਗ, ਬਹੁਤ ਸ਼ਾਨਦਾਰ ਚਿੱਟੇ ਕੰਨਾਂ ਵਾਲੀ ਭਾਈ ਜੀ। ਜਿੱਦਾਂ ਦੀ ਇਹਦੀ ਹੱਡੀ ਜੋੜ ਆ ਨਾ, ਮੈਂ ਕਹਿੰਦਾ ਕਿ ਬਸ ਛੱਡ ਗੱਲ ਦਿਓ, ਅੰਨੀ ਪਾਉਣ ਵਾਲੀ ਕਬੂਤਰੀ ਭਾਅ ਜੀ ਹੱਥੀਂ ਆ ਗਈ ਭਾਈ ਆ। ਠੀਕ ਆ ਜੀ, ਇਹ ਤੁਹਾਡਾ ਭਰਾ ਇਨਸ਼ਾਅੱਲਾ ਮਾਹੌਲ ਬਣਾਏਗਾ ਪੂਰਾ ਜਨਾਬ, ਅਤੇ ਪਹਿਲੇ ਦਾਣਾ ਪਾ ਲਈਏ, ਅਗਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਨਾਲ। ਇਹ ਪਾਣੀ ਵੀ ਪਾਉਣਾ ਹਜੇ, ਦਾਣਾ ਵੀ ਪਾਉਣਾ, ਪਾਣੀ ਧੋ ਕੇ ਰੱਖ ਦਿੱਤਾ ਸੀਗਾ। ਉਹ ਰਾਮਪੁਰੀ ਮੈਂ ਕਿਹਾ ਉੱਤਰ ਆਉਂਦਾ ਅਤੇ ਤੁਹਾਨੂੰ ਮੈਂ ਕਬੂਤਰ ਦਿਖਾਉਣਾ ਰਾਮਪੁਰੀ, ਕੱਲ੍ਹ ਦੇਖ ਲਓ ਛੱਡਿਆ। ਬਲਕਿ ਆਹ ਦੇਖੋ ਜੀ, ਛੱਡੋ ਤੁਸੀਂ ਬਾਕੀ ਸਾਰੀਆਂ ਗੱਲਾਂ, ਇਹ ਕਬੂਤਰ ਕੱਲ੍ਹ ਬੰਨੇ ਆ ਪਾਰੇ ਇਹਨਾਂ ਦੇ।
ਇਹਨਾਂ ਦੇ ਹੁਣ ਪਾਰ ਆਪਾਂ ਲੱਗੇ ਖੋਲਣ, ਤੁਹਾਡੇ ਸਾਹਮਣੇ ਖੋਲੂਗਾ ਤਾਂ ਕਿ ਕੋਈ ਗਲਤ ਫਹਿਮੀ ਨਾ ਦੋਸਤ ਆ ਰਹੇ ਜੀ। ਇਹ ਕਬੂਤਰ ਕੱਲ੍ਹ ਨੂੰ ਦਿਖਾਇਆ ਸੀਗਾ, ਇਹ ਦੇਖੋ, ਆਹ ਦੇਖੋ ਜੀ, ਇਹ ਕਬੂਤਰ ਕੱਲ੍ਹ ਮੈਂ ਦਿਖਾਇਆ ਸੀ ਤੁਹਾਨੂੰ ਵੀਡੀਓ ਦੇ ਵਿੱਚ ਕਿ ਇਹਦਾ ਮੈਂ ਕੱਲ੍ਹ ਬੰਨਿਆ ਵਾ, ਕੱਲ੍ਹ ਦੀ ਤਰੀਕ ਦੇ ਵਿੱਚ ਬੰਨਿਆ, ਅੱਜ ਇਹ ਦੇਖੋ ਲੱਖ ਆ। ਇਹ ਕਬੂਤਰ ਬਹੁਤ ਅੰਟੀਕ ਕਬੂਤਰ ਹੈ, ਇੱਕ ਦੋਸਤ ਵੱਲੋਂ ਇਹੀ ਜੋੜਿਆਂ ਵਾਲਾ, ਜੋੜਿਆਂ ਵਾਲਾ ਕਬੂਤਰ ਤੁਹਾਨੂੰ ਮੈਂ ਦੱਸਿਆ, ਜਿਹੜੇ ਜਿਹੜੇ ਯੰਗ ਸੀਗੇ ਇਹ ਪਰ ਖੋਲਤਾ, ਉਹਨਾਂ ਸਾਰਿਆਂ ਦੇ ਮੈਂ ਪੱਲੇ ਖੋਲ ਦਿੱਤੇ ਜੀ, ਬਸਕੂਆ ਮੂੰਹ 'ਚ ਆ ਅਤੇ ਆਲੋ ਜੀ, ਆਲੋ ਜੀ ਖੋਲ ਦਿੱਤਾ ਜੀ, ਹੈਲੋ ਹੋ ਗਿਆ ਜੀ, ਅਲਹਮਦੁਲਿਲਾ ਇਹ ਵੀ ਖੋਲ ਦਿੱਤਾ। ਵੈਸੇ ਆਹ ਕਬੂਤਰ ਖੋਲਣ ਨੂੰ ਦੇਰ ਨਹੀਂ ਕਰਦਾ ਹੈਗਾ ਕਿਉਂਕਿ ਇਸ ਕਬੂਤਰ ਨੇ ਟਿਕਣਾ ਨੀਗਾ, ਮੈਨੂੰ ਸ਼ੱਕ ਪੈਂਦੀ, ਲੇਕਿਨ ਪਰ ਨਵੇਂ ਸੀਗੇ ਤਾਂ ਕਰਕੇ ਇਹਨੂੰ ਆਪਾਂ ਖੋਲ ਦਿੰਦੇ ਹਾਂ ਜੀ। ਇਹ ਆਲੋ ਜੀ ਇੱਕ ਵਾਰ ਖੋਲਤਾ, ਦੂਸਰਾ ਵੀ ਖੋਲਤਾ, ਹੁਣ ਦਾਣਾ ਪਾਉਂਦੇ ਹਾਂ ਨਾ, ਖਾ ਕੇ ਦਾਣਾ ਫਿਰਦਾ ਉਹਨੂੰ ਪਤਾ ਲੱਗੇ। ਐਲੋ ਜੀ ਆਲੋ ਜੀ ਬਹਿ ਗਿਆ, ਬਹਿ ਗਿਆ, ਬਹਿ ਗਿਆ, ਬਹਿ ਗਿਆ, ਬਹਿ ਗਿਆ, ਬਹਿ ਗਿਆ, ਇਹ ਵੀ ਖੋਲ ਦਿੱਤਾ, ਖੋਲ ਦੇਖਾ ਕਿਹੜਾ ਵਾ। ਇਹ ਕਬੂਤਰੀ ਆ ਜੀ, ਇੱਕ ਪੱਕੇ ਲਗਵੇ ਜੀ, ਗੋਲਡਨ ਬੜੀ ਅੱਛੀ। ਇਸ ਕਬੂਤਰੀ ਨੂੰ ਦੇਖਿਓ, ਮੇਰੇ ਪੰਜਾਂ ਵੀ ਲਾਉਣਾ ਇੱਥੇ, ਇਹਨੂੰ ਮੈਂ ਖੋਲ ਦਿੱਤਾ ਘਰ ਸਾਹਮਣੇ, ਹੁਣ ਸ਼ੁਗਰ ਮੇਰਾ ਦਿਖਾਉਣ ਤੁਹਾਨੂੰ, ਤਾਂ ਕਿ ਦੋਸਤਾਂ ਨੂੰ ਆਪਾਂ ਨਾ ਹਨੇਰੇ 'ਚ ਨਹੀਂ ਰੱਖੀਦਾ ਭਾਅ ਜੀ। ਕਬੂਤਰ ਜਦੋਂ ਉਡਾਉਣੇ ਗਜਾਉਣੇ ਫਿਰ ਵੱਡਾ ਦਿਲ ਚਾਹੀਦਾ ਵਾ, ਉਹ ਵੱਡਾ ਦਿਲ ਕਰਕੇ ਭਰਾਵਾ ਤੁਹਾਡਾ ਭਰਾ ਹੈ ਨਾ। ਇਹ ਲਓ ਜੀ, ਆਹ ਦੇਖਿਓ, ਇਹਨੇ ਪੰਜੇ ਨਹੀਂ ਲਾਉਣੇ ਪਰ ਲਾਉਣੇ ਪੰਜੇ, ਠੀਕ ਆ ਜੀ। ਮੈਂ ਹੁਣ ਨਾਲ ਦਾਣਾ ਪਾਵਾਂ ਇੱਥੇ ਜਿਹੜੇ ਬਾਹਰ ਆ, ਨਾਲੇ ਪਾਣੀ ਰੱਖਾਂ ਇਹਨਾਂ ਨੂੰ, ਠੀਕ ਆ ਜੀ। ਇਹ ਬਾਜਰਾ ਧੋਤਾ ਪਿਆ ਵਾ, ਇਹ ਆਪਣੇ ਪ੍ਰਵਾਸੀ ਕਬੂਤਰ ਸੁਭਾਣ ਜਿਹਨਾਂ ਦੀ ਫੜਕ ਆਉਣ ਵਾਲੀ ਧੋਤਾ ਪਿਆ ਵਾ। ਇੱਕ ਉਹ ਰਹਿ ਗਈ ਖੋਲਣ ਵਾਲੀ ਕਬੂਤਰੀ, ਚਿੱਟੀ ਪੀ ਲਿਖੀ, ਉਹ ਵੀ ਬਾਅਦ 'ਚ ਖੋਲ ਦੇ। ਇਹ ਕਬੂਤਰ ਆ, ਇਹ ਵੀ ਖੋਲਿਆ ਕੱਲ੍ਹ, ਇੱਕ ਉਹ ਖੋਲਿਆ, ਇਹ ਹੁਣ ਖੋਲ ਦਿੱਤਾ, ਠੀਕ ਆ ਜੀ। ਹਾਂਜੀ ਭਾਅ ਜੀ, ਦੋ ਨੰਬਰ ਇਹ ਨਹੀਂ ਕਰਨੀ ਆਪਾਂ, ਦੋਸਤਾਂ ਨਾਲ ਗੱਲ ਸਿੱਧੀ ਕਰਨੀ, ਇਹ ਝੂਠੇ ਅਤੇ ਬੇਈਮਾਨ ਬੰਦਿਆਂ ਦਾ ਕੰਮ ਆ, ਦੋ ਨੰਬਰੀਆਂ ਕਰਨੀਆਂ। ਹੈਲੋ ਜੀ, ਇੱਥੇ ਥੋੜ੍ਹੇ ਕਬੂਤਰ, ਇੱਥੇ ਨਗ ਦਾਣਾ ਪਾ ਤਾ ਜੀ। ਹੈਲੋ ਜੀ, ਹੁਣ ਦੇਖਿਓ ਕਬੂਤਰ ਮਰ ਕਿੱਦਾਂ ਆਉਂਦੇ ਦਾਣੇ, ਹੈਲੋ ਹੈ ਦੇਖੋ, ਹੈ ਹੈ ਕਿਉਂ, ਤੁਹਾਨੂੰ ਦੱਸਿਆ ਭੁੱਖੇ ਆ ਕਬੂਤਰ ਭਾਅ ਜੀ, ਅੱਜ ਲੇਟ ਦਾਣਾ ਹੋ ਗਿਆ, ਮੈਂ ਕਦੇ ਲੇਟ ਨਹੀਂ ਹੋ ਦਿੱਤਾ, ਅਸੀਂ ਕੰਮ ਚੱਲ ਰਿਹਾ ਸੀ, ਇੱਕ ਜਗ੍ਹਾ 'ਤੇ ਕੰਮ ਕਰ ਰਿਹਾ ਸੀਗਾ, ਤਾਂ ਇਸ ਵਜ੍ਹਾ ਤੋਂ ਲੇਟ ਹੋ ਗਿਆ ਭਾਅ ਜੀ। ਕਿਉਂਕਿ ਮੈਂ ਤਾਂ ਭਰਾਵਾ ਇਹਨਾਂ ਦੇ ਕਬੂਤਰ ਬਿਮਾਰ ਹੀ ਤਾਂ ਹੁੰਦੇ ਜਦੋਂ ਕਬੂਤਰਾਂ ਨੂੰ ਦਾਣਾ ਅਸੀਂ ਲੇਟ ਕਰਦੇ, ਇਹ ਮੇਰਾ ਮੰਨਣਾ ਵਾ ਜੀ, ਬਾਕੀ ਬੰਦਿਆਂ ਦਾ ਆਪਣਾ ਆਪਣਾ ਹਿਸਾਬ ਕਿਤਾਬ ਆ ਜੀ। ਮੇਰਾ ਮੰਨਣਾ ਇਹੀ ਆ, ਕਬੂਤਰ ਬਿਮਾਰ ਹਮੇਸ਼ਾ ਉਦੋਂ ਹੁੰਦਾ ਜਦੋਂ ਕਬੂਤਰ ਨੂੰ ਲੇਟ ਦਾਣਾ ਪਾਣੀ ਦਿੰਦਾ। ਇਹ ਤਿੰਨ ਡੱਬੇ ਪਾਤੇ ਆ, ਇਨਸ਼ਾਅੱਲਾ ਕਬੂਤਰ ਸੈੱਟ ਰਹਿਣਗੇ ਇਹਦੇ ਨਾਲ। ਹੁਣ ਅਸੀਂ ਪਾਉਣਾ ਉੱਤੇ ਦਾਣਾ ਵੀ ਤਾਂ ਪਾਣੀ ਨੇ ਆ ਭਾਅ ਜੀ, ਮਿਣ ਕੇ ਨਾ ਇੱਦਾਂ, ਇਹ ਡੇਲੀ ਦੀ ਰੂਟੀਨ ਆ, ਕਮ ਅਜ਼ ਕਮ 2 ਘੰਟੇ ਚਾਹੀਦਾ ਤੁਹਾਨੂੰ ਕਬੂਤਰਾਂ ਨੂੰ। ਹੈਲੋ 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 ਹੈਲੋ, ਆਹ ਖੁੱਡਾ ਖੋਲ੍ਹਣ ਲੱਗਾ, ਦੇਖੋ ਕਬੂਤਰਾਂ ਦਾ ਹਾਲ, ਇਹ ਸਭ ਚਿੜੀ ਮਾਰੀ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਆਹ ਤਾਂ ਬੜਾ ਪੁਰਾਣਾ ਖਾਉਂ ਖਾਉਂ ਵਾਲਾ ਕਬੂਤਰ ਆ ਜਿਹੜਾ ਚਾਚਾ, ਆ ਲੈ ਆਹ ਦੇਖੋ, ਆ ਲੈ ਆਹ ਫੈਂਸੀ ਵੀ ਕਬੂਤਰ ਆਪਣੇ ਕੋਲ ਆ ਗਿਆ, ਮਾਸ਼ਾਅੱਲਾ ਲੈ ਲੈ। ਹੈਲੋ ਵੀਰੇ, ਜਦੋਂ ਮੱਤ ਗਰੀਬਾਂ ਦੀ ਵੱਜੀ ਹੋਵੇ ਉਦੋਂ ਇੱਦਾਂ ਹੀ ਖਾਂਦੇ ਪੀਂਦੇ ਹੁੰਦੇ, ਭੁੱਖੜ ਨਾ ਜਾਣ ਨਿਕਲਦੇ ਹੀ ਉਹਨਾਂ ਦੀ, ਮਰਨ ਵਾਲੇ ਤਾਂ ਗਰੀਬ ਹੋਣੇ ਹੁਣੇ। ਹੈਲੋ, ਰੱਜ ਕੇ ਖਾਓ, ਪਾਣੀ ਕਿੰਨਾ ਗਾ, ਪਾਣੀ ਫੁੱਲ ਆ ਜੀ, ਪਾਣੀ ਇੱਥੇ ਰੱਖਿਆ ਵਾ।
ਬਹਰਹਾਲ ਜਿਹੜੀ ਚਿੜੀ ਮਾਰੀ ਅੱਜ ਹੋ ਗਈ ਹੈ ਨਾ ਆਪਣੀ ਭਰਾਵਾ, ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਬਹੁਤ ਅੰਟੀਕ ਮਾਤੀ ਕਿਸੇ ਦੀ ਆਈ, ਠੀਕ ਹੈ ਜੀ। ਹੁਣ ਇਹਨਾਂ ਨੂੰ ਕਿਹਦੇ ਰਹਿ ਗਏ, ਬਾਹਰ ਜਿਹੜੇ ਰਹਿੰਦੇ ਸੀਗੇ ਉਹ ਰਹਿ ਗਏ, ਇਹਨਾਂ ਨੂੰ ਪਾਣੀ ਰੱਖਣਾ ਵਾ। ਭਾਅ ਜੀ ਇੱਕ ਦਿਨ ਵੀ ਤੁਹਾਡੇ ਕੋਲ ਗਲਤੀ ਹੋਈ ਨਹੀਂ ਤਾਂ ਕਬੂਤਰਾਂ ਦਾ ਬੇੜਾ ਗਰਕ ਹੋਇਆ ਨੇ, ਬਸ ਇਹ ਗੱਲ ਮੇਰੀ ਯਾਦ ਰੱਖਿਓ। ਇਹ ਦੇਖੋ ਪਾਣੀ ਇੱਕ ਦਿਨ ਵੀ ਰਹਿ ਗਿਆ ਤਾਂ ਕਬੂਤਰ ਗਏ, ਠੀਕ ਹੈ ਨਾ। ਲਓ ਸਰ ਇਹ ਕਬੂਤਰ ਨਵਾਈ ਦਿੱਤੀ ਸੀ, ਉਹਦਾ ਪਾਣੀ ਪਿਆ ਵਾ, ਇਹ ਆਪਾਂ ਪਾਣੀ ਦੂਸਰਾ ਰੱਖ ਦਿੱਤਾ ਜਨਾਬ, ਠੀਕ ਹੈ ਜੀ। ਇਹ ਸਰ ਇੱਕ ਆਹ ਰਾਮਪੁਰੀ ਖੋਲਿਆ, ਦੋ ਹੋ ਗਏ, ਇੱਕ ਕਿੱਧਰ ਗਿਆ? ਉਹ ਉੜਨ ਦਿਆ ਜੀ, ਫਿਰ ਉਹਨੂੰ ਸ਼ੌਕ ਹੀ ਬੜਾ ਭਾਈ ਉੜਨ ਦਾ। ਸਵੇਰ ਨੂੰ ਵੱਡੇ ਕਬੂਤਰਾਂ ਦੇ ਨਾਲ ਉਡਾਵਾਂਗੇ ਜਨਾਬ, ਮੈਨੂੰ ਜਾਂ ਬੰਦ ਜਾਏਗਾ ਜਾਂ ਫਿਰ ਘਰ ਨਾ ਆਏਗਾ ਅਤੇ ਜਾਂ ਫਿਰ ਘਰ ਆਏਗਾ। ਹੁਣ ਉਹਨੇ ਉੱਤਰ ਕੇ ਦਾਣਾ ਖਾਣਾ ਵਾ, ਦਾਣਾ ਖਾਵੇਗਾ, ਹੈ ਚੱਸਾਂ ਲੈ ਰਿਹਾ ਪੂਰੀਆਂ, ਠੀਕ ਆ ਨਾ। ਦਵਾਵਾਂ 'ਚ ਯਾਦ ਰੱਖਿਓ ਅਤੇ ਪਿਜਨ ਪੈਰਟ ਚੈਨਲ ਸਬਸਕ੍ਰਾਈਬ ਕਰਿਓ। ਅਤੇ ਰਾਮਪੁਰੀ ਹੁਣ ਮਾਸ਼ਾਅੱਲਾ ਇੱਦਾਂ ਹੀ ਇਹਨੇ ਨੀਵਾਂ ਨੀਵੇਂ ਫਿਰ ਕੇ ਗਿੱਝਣਾ ਚੰਗੀ ਤਰ੍ਹਾਂ, ਫਿਰ ਚੱਸਾਂ ਆਉਣੀਆਂ ਜਨਾਬ।